यस बेटे, अज आपां काव्य रचनावां करनियां हन। काव्य रचनावां दे विच आपां दो गुरु साहिबां दीआं रचनावां कीतीआं ने, गुरु नानक देव जी दी सोके मंदा आखी है, गुरु अमरदास जी दी कृपा करके बख्श लियो। इस तों इलावा आपां तू मेरा पिता तू है मेरा माता गुरु अर्जन देव जी जो कि सैकिंड टर्म विच है, ठीक है। हुण गुरु नानक देव जी ना रिलेटेड पहला अज क्वेश्चन करते हाँ। गुरमत काव दे मोढ़ी प्रमुख नुक्ते करके लिख लो, गुरमत काव दे मोढ़ी जे क्वेश्चन आए तो गुरु नानक देव जी सिख धर्म की नी गुरु नानक देव जी, ठीक है। सिख धर्म दे मोढ़ी गुरु नानक देव जी, तीन क्वेश्चन किसी भी फॉर्म च आ जाए। सिख धर्म दे मोढ़ी, सिख धर्म की नी, ਜਾਂ ਗੁਰਮਤ ਕਾਵ ਦੇ ਮੋਢੀ ਗੁਰੂ ਨਾਨਕ ਦੇਵ ਜੀ। ਨੈਕਸਟ, ਸਿੱਖਾਂ ਦੇ ਪਹਿਲੇ ਗੁਰੂ, ਪਰ ਤੁਸੀਂ ਇੰਨਾ ਹੀ ਲਿਖ ਲਓ ਗੁਰੂ ਨਾਨਕ ਦੇਵ ਜੀ ਟਾਈਟਲ ਦਿੱਤਾ ਸਿੱਖਾਂ ਦੇ ਪਹਿਲੇ ਗੁਰੂ। ਨੈਕਸਟ, ਜਨਮ 1469 ਈਸਵੀ, ਠੀਕ ਹੈ 1469। ਜਨਮ ਸਥਾਨ ਕਿੱਥੇ ਹੋਇਆ ਜਨਮ? ਰਾਏ ਭੋਏ ਦੀ। ਇਹ ਤਾਂ ਤੁਹਾਨੂੰ ਵੈਸੇ ਹੀ ਆਉਂਦਾ ਹੋਣਾ ਚਾਹੀਦਾ ਹੈ, ਗੁਰੂ ਨਾਨਕ ਦੇਵ ਜੀ ਨਾਲ ਰਿਲੇਟਿਡ ਤੁਸੀਂ ਪ੍ਰੀਵੀਅਸ ਕਲਾਸਿਸ ਚ ਛੋਟੀਆਂ ਕਲਾਸਾਂ ਤੋਂ ਲੇਖ ਕਰਦੇ ਆ ਰਹੇ ਹੋ। ਰਾਏ ਭੋਏ ਦੀ ਤਲਵੰਡੀ, ਜਿਸ ਦਾ ਦੂਸਰਾ ਨਾਮ ਕਿਹੜੇ ਨਾਮ ਨਾਲ ਜਾਣਿਆ ਜਾਂਦਾ? ਰਾਏ ਭੋਏ ਦੀ ਤਲਵੰਡੀ ਨੂੰ ਨਨਕਾਣਾ ਸਾਹਿਬ, ਇਹ ਵੀ ਲਿਖ ਲਓ। ਕੁਸ਼ਚਨ ਆ ਸਕਦਾ, ਰਾਏ ਭੋਏ ਦੀ ਤਲਵੰਡੀ ਨੂੰ ਕਿਹੜੇ ਨਾਮ ਨਾਲ ਜਾਣਿਆ ਜਾਂਦਾ ਹੈ? ਰਾਵਲਪਿੰਡੀ, ਨਨਕਾਣਾ ਸਾਹਿਬ, ਪਟਨਾ ਸਾਹਿਬ, ਠੀਕ ਹੈ। ਕਲੀਅਰ ਬੇਟੇ? ਨਨਕਾਣਾ ਸਾਹਿਬ। ਨੈਕਸਟ ਕੁਸ਼ਚਨ, ਗੁਰੂ ਨਾਨਕ ਦੇਵ ਜੀ ਦੇ ਪਿਤਾ ਮਹਿਤਾ ਕਾਲੂ, ਮਾਤਾ ਤ੍ਰਿਪਤਾ, ਸੁਪਤਨੀ ਜਿਨ੍ਹਾਂ ਨਾਲ ਵਿਆਹ ਹੋਇਆ ਮਾਤਾ ਸੁਲੱਖਣੀ, ਪਿਤਾ ਗੁਰੂ ਨਾਨਕ ਦੇਵ ਜੀ ਦੇ ਪਿਤਾ ਮਹਿਤਾ ਕਾਲੂ ਜੀ, ਮਾਤਾ ਤ੍ਰਿਪਤਾ ਜੀ, ਸੁਪਤਨੀ ਮਾਤਾ ਸੁਲੱਖਣੀ, ਭੈਣ ਪੌਣੇ ਭੈਣ ਬੇਬੇ ਨਾਨਕੀ, ਇੱਥੋਂ ਤੱਕ ਕਲੀਅਰ? ਅੱਗੇ ਚਲੀਏ। ਨੈਕਸਟ ਕੁਸ਼ਚਨ, ਸਪੁੱਤਰ ਲਖਮੀ ਦਾ ਸ਼੍ਰੀ ਚੰਦ, ਸਪੁੱਤਰ ਦੋ ਪੁੱਤਰਾਂ ਨੇ ਜਨਮ ਲਿਆ, ਲਖਮੀ ਦਾਸ ਤੇ ਸ਼੍ਰੀ ਚੰਦ। ਲਖਮੀ ਦਾਸ ਉਦਾਸੀਨ ਹੋਏ ਹੈ, ਕਿਹੜੇ ਕਿਹੜੇ ਮੋਦੀ ਖਾਨੇ ਵਿੱਚ ਨੌਕਰੀ ਕੀਤੀ ਸੀ? ਕਿਸੇ ਮੋਦੀ ਖਾਨੇ ਵਿੱਚ, ਕਿਸੇ ਮੋਦੀ ਖਾਨੇ ਵਿੱਚ ਗੁਰੂ ਸਾਹਿਬ ਨੇ ਨੌਕਰੀ ਕੀਤੀ ਸੀ ਜਿੱਥੇ 13-13 ਕਰਕੇ ਸਾਰਾ ਰਾਸ਼ਨ ਤੋਲ ਦਿੱਤਾ? ਆਪਸ਼ਨ ਦੱਸੀਏ, ਸੂਰਤ ਰਾਮ, ਰਾਮ ਦੇ ਦੌਲਤ ਖਾਂ, ਨਾਡੂ ਖਾਂ, ਕੁਛ ਵੀ ਲਾ ਲਓ, ਕੋਈ ਵੀ ਦੌਲਤ ਖਾਂ, ਦੌਲਤ ਖਾਂ ਦੇ ਮੋਦੀ ਖਾਨੇ ਵਿੱਚ। ਤੁਹਾਨੂੰ ਐਗਜੈਕਟ ਵਰਡ ਆਉਣਾ ਚਾਹੀਦਾ, ਦੌਲਤ ਖਾਂ, ਸੂਰਤ ਖਾਂ, ਕੋਈ ਵੀ ਵਰਡ ਹੋ ਸਕਦੇ ਹੈ, ਠੀਕ ਹੈ। ਰਾਮ ਦੇਵ, ਜੈ ਦੇਵ, ਜੈਦੇਵ ਇਹਨਾਂ ਦਾ ਭਣੀਆ ਸੀ, ਕਿਹਦਾ? ਬੇਬੇ ਨਾਨਕੀ ਜੀ ਦਾ ਘਰ ਵਾਲਾ, ਜਿਨ੍ਹਾਂ ਦੇ ਥਰੂ ਇਹਨਾਂ ਨੂੰ ਨੌਕਰੀ ਮਿਲੀ ਸੀ। ਦੌਲਤ ਖਾਨ ਦੇ ਮੋਦੀ ਖਾਨੇ ਚ ਕਿੰਨੇ ਨੌਕਰੀ ਦਵਾਈ ਸੀ? ਜੈਦੇਵ। ਜੈਦੇਵ ਕੌਣ ਹੋਇਆ? ਇਹਨਾਂ ਦਾ ਜੀਜਾ, ਜੀਜਾ ਸੀ, ਠੀਕ ਹੈ। ਏਦਾਂ ਦੀ ਵੀ ਆਪਸ਼ਨ ਸੀ, ਜੈਦੇਵ ਦੇ ਮੋਦੀ ਖਾਨੇ ਵਿੱਚ, ਦੌਲਤ ਖਾਨ ਦੇ ਮੋਦੀ ਖਾਨੇ ਵਿੱਚ, ਰਾਮਦੇਵ ਦੇ ਮੋਦੀ ਖਾਨੇ ਵਿੱਚ, ਜਾਂ ਮਨਸਾ ਰਾਮ ਦੇ ਮੋਦੀ ਖਾਨੇ ਚ, ਠੀਕ ਹੈ। ਦੌਲਤ ਖਾਨ ਦੇ ਮੋਦੀ ਖਾਨੇ ਵਿੱਚ ਨੌਕਰੀ ਕੀਤੀ, ਕਿਹੜੀ ਜਗ੍ਹਾ? ਇਹ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ, ਜਿੱਥੇ ਉਹ ਆਪਣੀ ਭੈਣ ਕੋਲ ਗਏ ਸਨ। ਭੈਣ ਕੋਲ ਕਿੱਥੇ ਗਏ ਸੀ? ਸੁਲਤਾਨਪੁਰ। ਦੌਲਤ ਖਾਨ ਦੇ ਮੋਦੀ ਖਾਨੇ ਵਿੱਚ ਨੌਕਰੀ, ਜਿੱਥੇ ਕੀ ਕਹਿ ਕੇ ਸਾਰਾ ਰਾਸ਼ਨ ਤੋਲਦੇ ਦੇ ਸਨ, 13-13 ਕਰਕੇ ਮੋਦੀ ਖਾਨੇ ਵਿੱਚ ਨੌਕਰੀ। ਨੈਕਸਟ ਕੁਸ਼ਚਨ, ਕਿੰਨੀਆਂ ਉਦਾਸੀਆਂ ਕੀਤੀਆਂ? ਉਦਾਸੀਆਂ ਮਤਲਬ ਚਾਰ ਦਿਸ਼ਾਵਾਂ ਚ ਯਾਤਰਾਵਾਂ ਨੂੰ ਹੀ ਉਦਾਸੀਆਂ ਕਹਿੰਦੇ ਆ। ਭੁੱਲੇ ਭਟਕੇ ਉਦਾਸੀਆਂ ਕਿਉਂ ਕੀਤੀਆਂ? ਭੁੱਲੇ ਭਟਕੇ ਲੋਕਾਂ ਨੂੰ
ਗੁਰੂ ਨਾਨਕ ਦੇਵ ਜੀ ਦੀ ਗੋਸ਼ਟ ਕਿਹਨਾਂ ਨਾਲ ਹੋਈ ਸੀ? ਗੋਸ਼ਟ ਮੀਨਸ ਗੱਲਬਾਤ, ਉਹਨਾਂ ਦੀ ਪ੍ਰਮੁੱਖ ਰਚਨਾ ਵੀ ਹੈ ਉਹ। ਵਾਕ ਅੰਸ਼ਾਂ ਵਾਲੇ ਆਪਾਂ ਸਮਾਸੀ ਸ਼ਬਦ ਚ ਵੀ ਕੀਤਾ ਹੋਇਆ, ਜੋਗੀਆਂ ਨਾਲ, ਸਿੱਧਾਂ ਨਾਲ, ਜੀਵਾਂ ਨਾਲ ਜਾਂ ਪੰਡਤਾਂ ਨਾਲ, ਸਿੱਧਾਂ ਨਾਲ, ਸਿੱਧ ਗੋਸ਼ਟ ਉਹਨਾਂ ਦੀ ਪ੍ਰਮੁੱਖ ਰਚਨਾ ਹੈ ਸਿੱਧ ਗੋਸ਼ਟ। ਹੁਣ ਪ੍ਰਮੁੱਖ ਰਚਨਾਵਾਂ ਲਿਖੋ, ਪ੍ਰਮੁੱਖ ਬਾਣੀਆਂ ਪਹਿਲੇ ਲਿਖੋ, ਜਿਹਦੇ ਚੋਂ ਮੂਲ ਮੰਤਰ ਦਾ ਪਾਠ ਕਰਦੇ ਹੋ ਕਿਹੜੀ ਬਾਣੀ ਹੈ ਜਿਹਦਾ ਤੁਸੀਂ ਰੋਜ਼ ਮੂਲ ਮੰਤਰ ਉਚਾਰਦੇ ਹੋ? ਜਪਜੀ ਸਾਹਿਬ। ਅੱਜ ਵੱਡੇ ਬੱਚੇ ਆਨਲਾਈਨ ਬਹੁਤ ਘੱਟ ਪ੍ਰੈਜੈਂਟ ਹੋਏ ਆ, ਅਟੈਂਡੈਂਸ ਬਹੁਤ ਘੱਟ ਹੈ। ਹਰਜੋਤ, ਯਸ਼ਿਤ ਵਰਮਾ ਸਭ ਐਬਸੈਂਟ। ਜਪਜੀ ਸਾਹਿਬ ਅਗਲੀ ਰਚਨਾ, ਅਗਲੀ ਬਾਣੀ ਕਿਹੜੀ ਜਿਹ ਚੋਂ ਤੁਸੀਂ ਰਚਨਾ ਪੜ੍ਹੀ ਹੈ? ਸੋਕੇ ਮੰਦਾ ਆਖੀਏ ਕਿਹੜੀ ਬਾਣੀ ਚੋਂ? ਯੈਸ, ਆਸਾ ਦੀ ਵਾਰ। ਅਗਲੀ ਬਾਣੀ, ਪ੍ਰਮੁੱਖ ਬਾਣੀ, ਪ੍ਰਸਿੱਧ ਬਾਣੀ, ਆਸਾ ਦੀ ਵਾਰ। ਫਿਰ ਅਗਲਾ ਕੁਸ਼ਚਨ ਆ ਗਿਆ, ਆਸਾ ਦੀ ਵਾਰ ਚੋਂ ਤੁਸੀਂ ਕਿਹੜੀ ਰਚਨਾ ਪੜ੍ਹੀ ਹੈ? ਆਸਾ ਦੀ ਵਾਰ ਚੋਂ ਤੁਸੀਂ ਕਿਹੜੀ ਰਚਨਾ ਪੜ੍ਹੀ? ਸੋਕੇ ਮੰਦਾ ਆਖੀ। ਅਗਲੀ ਬਾਣੀ ਬਾਰਾਂ ਮਾਹ। ਅੱਛਾ, ਬਾਰਾਂ ਮਾਹ ਦਾ ਮਤਲਬ ਕੀ ਹੈ? ਬਾਰਾਂ ਮਹੀਨਿਆਂ ਦਾ ਜ਼ਿਕਰ, ਜਿਹਦੇ ਚ ਸੰਗਰਾਂਦ ਦਾ ਮੁੱਖ ਵਾਕ ਲਿਆ ਜਾਂਦਾ ਹੈ। ਗੁਰੂ ਅਰਜਨ ਦੇਵ ਜੀ ਨੇ ਵੀ ਬਾਰਾਂ ਮਾਹ ਰਚਿਆ, ਗੁਰੂ ਨਾਨਕ ਦੇਵ ਜੀ ਨੇ। ਗੁਰੂ ਨਾਨਕ ਦੇਵ ਜੀ ਨੇ ਜਿਹੜਾ ਬਾਰਾਂ ਮਾਹ ਰਚਿਆ ਤੁਖਾਰੀ ਰਾਗ ਵਿੱਚ, ਨੋਟ ਕਰੋ, ਤੁਖਾਰੀ ਰਾਗ ਵਿੱਚ ਰਚੇ ਹੈ। ਤੇ ਜਿਹੜਾ ਗੁਰੂ ਅਰਜਨ ਦੇਵ ਜੀ ਨੇ ਰਚਿਆ ਉਹ ਮਾਝ ਰਾਗ ਵਿੱਚ। ਜਿਵੇਂ ਕੱਲ ਮਹੀਨਾ ਚੜਿਆ, ਕਿਹੜਾ ਮਹੀਨਾ ਚੜਿਆ? ਦੇਸੀ ਮਹੀਨਾ, ਭਾਦੋਂ ਦਾ ਮਹੀਨਾ ਚੜਿਆ। ਦੇਸੀ ਮਹੀਨਿਆਂ ਦਾ ਜ਼ਿਕਰ ਕੀਤਾ ਗੁਰਬਾਣੀ ਵਿੱਚ, ਗੁਰੂ ਨਾਨਕ ਦੇਵ ਜੀ ਨੇ ਵੀ, ਗੁਰੂ ਅਰਜਨ ਦੇਵ ਜੀ ਨੇ ਵੀ। ਬਾਰਾਂ ਮਾਹ ਤੁਖਾਰੀ ਰਾਹ, ਆਹ ਉੱਪਰ ਲਾਈਨ ਤਾਂ ਪਾਈ ਨੀ, ਖੱਖਾ ਹੈ ਤੁਖਾਰੀ ਰਾਗ। ਬਾਰਾਂ ਮਾਹ ਰਚਨਾ ਗੁਰੂ ਨਾਨਕ ਦੇਵ ਜੀ ਨੇ ਕਿਹੜੇ ਰਾਗ ਵਿੱਚ ਰਚੀ ਹੈ? ਤੁਖਾਰੀ ਰਾਗ ਵਿੱਚ। ਉੱਥੇ ਆਏਗਾ ਭੈਰੋ ਰਾਗ, ਮਾਝ ਰਾਗ, ਗੌੜੀ ਰਾਗ, ਕਿਹੜਾ ਰਾਗ? ਤੁਖਾਰੀ ਰਾਗ। ਬੇਟੇ ਰਾਗਾਂ ਚ ਬਾਣੀ ਦਰਜ ਹੈ। ਗੁਰੂ ਸਾਹਿਬਾਨ ਨੂੰ ਸਾਰੇ ਰਾਗਾਂ ਦੀ ਨੌਲੇਜ ਸੀ, ਕਿਹੜੀਆਂ ਧੁਨਾਂ ਦੇ ਰਾਹੀਂ। ਇਹ ਜਿਹਨਾਂ ਨੂੰ ਰਾਗਾਂ ਦੀ ਨੌਲੇਜ ਹੈ ਨਾ, ਉਹ ਹੈ ਕਿ ਗੁਰਬਾਣੀ ਕਿਹੜੇ ਕਿਹੜੇ ਰਾਗਾਂ ਚ, 31 ਰਾਗਾਂ ਚ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਰਜ ਹੈ, ਜਿਹਦੇ ਵਿੱਚੋਂ ਗੌੜੀ ਰਾਗ, ਮਾਝ ਰਾਗ, ਭੈਰਵੀ ਰਾਗ, ਉਹਨਾਂ ਨੂੰ ਨੌਲੇਜ ਹੁੰਦੀ ਹੈ ਜਿਹਨਾਂ ਨੇ ਇਹ ਕੀਰਤਨ ਕੀਤਾ ਹੁੰਦਾ ਹੈ ਕਿਹੜੇ ਰਾਗ ਵਿੱਚ ਬਾਣੀ। ਗੁਰੂ ਸਾਹਿਬਾਨ ਨੇ ਰਾਗਾਂ ਦੀ ਰਚਨਾ ਕੀਤੀ ਹੈ। ਰਾਗ ਕੀ ਹੁੰਦੇ ਆ? ਧੁਨੀਆਂ, ਆਵਾਜ਼ਾਂ, ਜਿਵੇਂ ਕਲਾਸੀਕਲ ਤੁਸੀਂ ਕਹਿੰਦੇ ਆ, ਏਦਾਂ ਕੋਈ ਰਾਗ ਪਹਿਚਾਣ ਕੇ, ਠੀਕ ਹੈ, ਕੋਈ ਰਾਗ ਕਿਸ ਤਰ੍ਹਾਂ, ਜਿਵੇਂ ਰਾਗ ਲੱਭਦੇ ਨਾ ਬੱਚੇ ਮਿਊਜ਼ਿਕ ਵਾਲੇ ਪਹਿਲਾਂ ਸ਼ਬਦ ਕਰਨ ਤੋਂ ਪਹਿਲਾਂ, ਉਹ ਜਿਹਨਾਂ ਨੂੰ ਰਾਗਾਂ ਦੀ ਪੂਰੀ ਨੌਲੇਜ ਹੁੰਦੀ ਉਹ ਪਹਿਚਾਣ ਲੈਂਦੇ ਕਿ ਕਿਹੜਾ ਰਾਗ ਅਲਾਪਿਆ ਗਿਆ ਪਹਿਲਾਂ। ਗੁਰੂ ਨਾਨਕ ਦੇਵ ਜੀ ਨੇ ਤੁਖਾਰੀ ਰਾਗ ਵਿੱਚ ਕਿਹੜੀ ਬਾਣੀ ਰਚੀ ਹੈ? ਬਾਰਾਂ ਮਾਹ, ਠੀਕ ਹੈ। ਗੁਰੂ ਅਰਜਨ ਦੇਵ ਜੀ ਨੇ ਮਾਝ ਰਾਗ ਵਿੱਚ, ਠੀਕ ਹੈ। ਨੈਕਸਟ ਕੁਸ਼ਚਨ, ਨੈਕਸਟ ਕੁਸ਼ਚਨ ਹੈ, ਗੁਰੂ ਨਾਨਕ ਦੇਵ ਜੀ ਦਾ ਸਮਕਾਲੀ ਬਾਦਸ਼ਾਹ, ਇਹ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ, ਸਮਕਾਲੀ ਬਾਦਸ਼ਾਹ ਸਮੇਂ ਦਾ, ਉਸ ਸਮੇਂ ਦਾ ਮੁਗਲ ਐਮਪਰਰ ਬਾਬਰ, ਜਿਵੇਂ ਗੁਰੂ ਤੇਗ ਬਹਾਦਰ ਜੀ ਦੇ ਸਮੇਂ ਔਰੰਗਜ਼ੇਬ, ਗੁਰੂ ਨਾਨਕ ਦੇਵ ਜੀ ਦੇ ਸਮੇਂ ਬਾਬਰ। ਉਹਨਾਂ ਨੇ ਬਾਬਰ ਨੂੰ ਚੰਗੀ ਤਰ੍ਹਾਂ ਭੰਡਿਆ ਸੀ, ਕਿਉਂਕਿ ਬਾਬਰ ਹੈ ਜਿਹੜਾ ਬਹੁਤ ਜ਼ੁਲਮੀ ਸੀ, ਉਹਨੇ ਔਰਤਾਂ ਨੂੰ ਨਿਸ਼ਾਨਾ ਬਣਾਇਆ ਹੋਇਆ ਸੀ, ਔਰਤਾਂ ਦੀ ਬੜੀ ਬੇਇੱਜ਼ਤੀ ਕੀਤੀ। ਬਾਬਰ ਸਮਕਾਲੀ ਬਾਦਸ਼ਾਹ, ਸਮਕਾਲੀ ਮੀਨਸ ਇੱਕੋ ਸਮੇਂ ਹੋਏ ਮਨੁੱਖ। ਕਿਹੜੇ ਮਨੁੱਖ? ਇੱਕ ਪਾਸੇ ਰੂਹਾਨੀ ਤਾਕਤ ਹੈ ਗੁਰੂ ਨਾਨਕ ਦੇਵ ਜੀ, ਰੂਹਾਨੀ ਸ਼ਕਤੀ, ਇੱਕ ਪਾਸੇ ਰਾਜਸੀ ਸ਼ਕਤੀ, ਰਾਜਸੀ ਤਾਕਤ ਕੌਣ ਹੈ? ਬਾਬਰ। ਦੁਨਿਆਵੀ ਤਾਕਤ ਰੱਖਣ ਵਾਲਾ ਕਿ ਮੈਂ ਹੀ ਮੈਂ, ਮੇਰੇ ਸਾਹਮਣੇ ਕੋਈ ਨਹੀਂ ਟਿਕ ਸਕਦਾ। ਕਲੀਅਰ? ਨੈਕਸਟ ਕੁਸ਼ਚਨ, ਗੁਰੂ ਨਾਨਕ ਦੇਵ ਜੀ ਨੇ ਗੁਰਗੱਦੀ ਕਿਸ ਨੂੰ ਦਿੱਤੀ? ਭਾਈ ਲਹਿਣਾ ਜੀ ਦਾ ਨਾਮ ਕੀ? ਅੱਗੇ ਕਿਹੜੇ ਗੁਰੂ ਸਾਹਿਬਾਨ ਬਣੇ? ਗੁਰੂ ਅੰਗਦ ਦੇਵ ਜੀ। ਤੁਹਾਨੂੰ ਬਹੁਤ ਸਾਰੇ ਕੁਸ਼ਚਨ ਆਉਂਦੇ ਹੈ। ਭਾਈ ਲਹਿਣਾ ਜੀ ਨੂੰ ਗੁਰਗੱਦੀ ਬਖਸ਼ੀ 1539 ਈਸਵੀ ਵਿੱਚ, ਜਦੋਂ ਜੋਤੀ ਜੋਤ ਸਮਾਨ ਦਾ ਸਮਾਂ ਆਇਆ 1539 ਵਿੱਚ ਗੁਰਗੱਦੀ ਭਾਈ ਲਹਿਣਾ ਜੀ, ਜੋ ਕਿ ਗੁਰੂ ਅੰਗਦ ਦੇਵ ਜੀ ਬਣੇ ਦੂਸਰੇ ਗੁਰੂ, ਗੁਰੂ ਅੰਗਦ ਦੇਵ ਜੀ, ਠੀਕ ਹੈ, ਗੁਰੂ ਅੰਗਦ ਦੇਵ ਜੀ। ਜਿਹੜੇ ਬੱਚਿਆਂ ਨੇ ਅੱਜ ਕਲਾਸ ਨਾ ਲਗਾਈ, ਉਹਨਾਂ ਨੇ ਕੁਸ਼ਚਨ ਦੇ ਆਂਸਰ ਦੇ ਨਹੀਂ ਪਾਣੇ ਅੱਜ।
1539 हूँ अगे लिखो उन्होंने ज्योति जोत समान का समा 22 दिसंबर 1539 ज्योति जोत समाए अगे लिखो जीवन काल हूँ कोई दस सकता जीवन काल की होया फिर गुरु नानक देव जी का जीवन काल वेरी गुड गुड आंसर 1469 to 1539 इतने आएगा 1459 to 1559 अलग अलग ऑप्शन 1479 to 1559 ठीक है तुसी केड़ी करेक्ट ऑप्शन दोगे 1469 मीन 1469 to 1539 मीन जन्म है ज्योति जोत समाना कहने हैं गुरु से बाली वर्ड यूज कर देने ज्योति जोत समा गए ज्योति विच जोत रल गई परमात्मा दी जोत परमात्मा दी जोत ही परमात्मा दे विच समा गई ठीक है नेक्स्ट क्वेश्चन गुरु साहिब दियां ने कुल रचनावां दी गिनती 974 कुल रचनावां दी गिनती है 974 गुरु साहिब ने किसे हक विच आवाज उठाई है इस्त्री दे हक विच 974 रचनावां कुल रचनावां दी गिनती गुरु नानक देव जी दियां कुल रचनावां दी गिनती नोट करो 974 974 केड़ी केड़ी भाषा वरती गई है अपनी अरबी फारसी ते संस्कृत भाषावां दे शब्दां दी वरतों कीती सिद्ध गोष्ठ लिख लो प्रमुख रचना भी है सिद्ध गोष्ठ अच्छा इहदा समासी की बनेगा कोई दस सकदा है किस किस्म दा समासी है नाल ही समासी च रिवाइज हो जाए सिद्धा सिद्धा नाल गोष्ठ वेरी गुड फिर केड़ी किस्म होई वाकंशावन क्योंकि नाल लग गया ना संबंधक जिथे आ गया केड़ी किस्म है ओनली ओनली वाकंशा वाली क्योंकि जड़ा उर्दू फारसी च संबंधक लगता है पर उत्थे सिर्फ दा ते दी आंदा है ठीक है ओदे च की आंदा बेटे ओनली दा ते दी पर हुण फिर जिथे नाल आ गया तां केड़ी किस्म होई वाकंशा वाली केड़ी किस्म है बेटे वाकंश वाकदांश सिद्धा नाल गोष्ठ एदा शब्द समूह की बनिया असमासी है वाकंशा वाला ठीक है एदा शब्द समूह की बनिया सिद्धा नाल गोष्ठ गोष्ठ का की मतलब हुंदा दस सकदे हो गलबात चर्चा किहदे नाल चर्चा होई सी सिद्धा नाल जोगियां नाल पंडितां नाल किन्ना नाल सिद्धा नाल नेक्स्ट क्वेश्चन लिखो हुण गुरु साहिब ने अपना अंतिम समा किथे बिताया करतारपुर राघव अरोड़ा नु सारे क्वेश्चन आंदे है अच्छा करतारपुर खेती करदे होए उन्होंने की उपदेश दिता सी खेतीबाड़ी करदे होए कोई उपदेश हां जी बेटे बोलो यस किरत करो दा दसा नौ की किरत करन दा उपदेश दिता गुड किरत करो नाम जपो वंड छको किरत करो वंड छको उन्होंने इकट्ठा ही उपदेश दिता जो वेई नदी विच प्रवेश किते 3 दिन अलोप रहे फिर जो बाहर आए तो एक तो उपदेश सी परमात्मा एक है असी सारे जीव उससे पैदा किते हुए हाँ फिर एक उपदेश की दिता किरत करो नाम जपो वंड छको दसा नौ की किरत करन दा उपदेश दिता खेती बाड़ी करते हुए क्वेश्चन है खेती बाड़ी करते हुए गुरु साहब ने केड़ा उपदेश दिता दसा नौहां दी किरत करन दा किथे करतारपुर एक क्वेश्चन है गुरु नानक देव जी ने किस स्थान ते दसा नौहां दी किरत करन दा राह दसिया करतारपुर जिथे उन्होंने अपना अंतिम समा बताया दसा नौहां दी किरत दसा नौहां दी किरत सच्ची सुच्ची किरत अपनी कमाई
ਨੂਹਾਂ ਦੇ ਮਤਲਬ ਹੁੰਦਾ ਨੂਹ, ਵੈਸੇ ਤਾਂ ਇਹ ਨੂਹਾਂ ਦਾ ਮਤਲਬ ਹੈ ਹੱਥਾਂ ਦੇ ਨਾਲ ਜਿਹੜੀ ਕਿਰਤ ਕਰਨੀ ਹੈ, ਕਿਸੇ ਦਾ ਹੱਕ ਨਹੀਂ ਮਾਰਨਾ, ਦਸਾਂ ਨੂਹਾਂ ਦੀ ਕਿਰਤ ਕਰਨੀ ਆਪ ਮਿਹਨਤ ਕਰਕੇ, ਔਰ ਉਹਦਾ ਦਸਵਾਂ ਹਿੱਸਾ ਦਸਵੰਧ ਵੀ ਕੱਢਣਾ। ਠੀਕ ਹੈ, ਨੈਕਸਟ ਹੁਣ ਕਰੀਏ ਆਪਾਂ ਗੁਰੂ ਅਮਰਦਾਸ ਜੀ ਨਾਲ ਰਿਲੇਟਡ ਪਹਿਲਾਂ ਕੁਐਸਚਨਸ ਕਰ ਲਈਏ, ਨਹੀਂ ਤਾਂ ਆਪਣੇ ਕੁਐਸਚਨਸ ਰਹਿ ਜਾਣੇ ਆ, ਫਿਰ ਆਪਾਂ ਕਰਾਂਗੇ ਰਚਨਾ ਨਾਲ ਰਿਲੇਟਡ। ਗੁਰੂ ਅਮਰਦਾਸ ਜੀ ਸਿੱਖਾਂ ਦੇ ਤੀਸਰੇ ਗੁਰੂ, ਗੁਰੂ ਅਮਰਦਾਸ ਜੀ ਸਿੱਖਾਂ ਦੇ ਤੀਸਰੇ ਗੁਰੂ, ਜਨਮ ਲਿਖੋ, ਜਨਮ ਸਿੱਖਾਂ ਦੇ ਤੀਸਰੇ ਗੁਰੂ ਹੋਏ ਨੇ, ਤੇ ਜਨਮ ਹੈ 1479, ਉਸੇ 69 ਗੁਰੂ ਨਾਨਕ ਦੇਵ ਜੀ ਦਾ, 10 ਸਾਲ ਬਾਅਦ 79। ਪਿਤਾ ਦਾ ਨਾਂ ਤੇਜਭਾਨ, ਮਾਤਾ ਦਾ ਨਾਮ ਇਹ ਗੁਰੂ ਸਾਹਿਬਾਨ ਚੋਂ ਨਹੀਂ ਹੈ, ਮਾਤਾ ਜੀ ਦਾ ਨਾਂ ਲੱਖੋ, ਪਤਨੀ ਦਾ ਨਾਮ, ਇਹ ਕਿਹੜਾ ਘਰਾਨਾ ਸੀ ਇਹਨਾਂ ਦਾ, ਭੱਲਾ ਘਰਾਨਾ, ਘਰਾਨਾ ਮੀਨਸ ਬਰਾਦਰੀ, ਭੱਲਾ ਘਰਾਨੇ ਨਾਲ ਸੰਬੰਧ ਰੱਖਦੇ ਸਨ। ਗੁਰੂ ਅਮਰਦਾਸ ਜੀ ਕਿਹੜੇ ਘਰਾਨੇ ਨਾਲ ਸੰਬੰਧ ਰੱਖਦੇ ਨੇ, ਭੱਲਾ ਘਰਾਨੇ ਨਾਲ। ਨੈਕਸਟ ਹੈ ਪਤਨੀ, ਪਿਤਾ ਦਾ ਨਾਮ ਤੇਜਭਾਨ, ਕੋਈ ਵੀ ਆਪਸ਼ਨ ਆ ਸਕਦੀ ਹੈ, ਰਾਮਭਾਨ, ਨਾਮਭਾਨ, ਠੀਕ ਹੈ, ਤੇਜਭਾਨ, ਖੇਮਭਾਨ, ਕੀ ਹੈ ਤੇਜਭਾਨ, ਜੇ ਕਲਾਸ ਚ ਆਪਾਂ ਸੁਣਿਆ ਹੋਇਆ। ਅੱਗੇ ਹੈ ਸੁਪਤਨੀ, ਮਨਸਾ ਦੇਵੀ, ਸੁਪਤਨੀ ਮਨਸਾ ਦੇਵੀ। ਨੈਕਸਟ ਹੈ ਦੋ ਪੁੱਤਰ ਸਨ, ਮੋਹਨ ਜੀ ਤੇ ਮੋਹਰੀ ਜੀ, ਇਹ ਗੁਰੂ ਸਾਹਿਬਾਨ ਚੋਂ ਨਹੀਂ ਹੈ, ਸਪੁੱਤਰ ਮੋਹਨ ਜੀ ਤੇ ਮੋਹਰੀ ਜੀ, ਔਰ ਦੋ ਪੁੱਤਰੀਆਂ ਬੀਬੀ ਦਾਨੀ ਤੇ ਬੀਬੀ ਭਾਨੀ, ਜਿਨ੍ਹਾਂ ਨਾਲ ਅੱਗੇ ਜਾ ਕੇ ਆਪਣਾ ਵਿਆਹ ਕਿਹਦੇ ਨਾਲ ਕੀਤਾ ਸੀ, ਭਾਈ ਜੇਠਾ ਜੀ ਨਾਲ, ਗੁਰੂ ਰਾਮਦਾਸ ਜੀ ਨਾਲ ਵਿਆਹ ਹੋਇਆ ਸੀ, ਜਿਹੜੇ ਗੁਰੂ ਅਮਰਦਾਸ ਜੀ ਦੇ ਕੀ ਬਣੇ ਨੇ, ਜਵਾਈ ਬਣੇ। ਠੀਕ ਹੈ, ਬੀਬੀ ਭਾਨੀ ਜੀ, ਦੋ ਸਪੁੱਤਰੀਆਂ, ਬੀਬੀ ਦਾਨੀ ਜੀ, ਔਰ ਇਹ ਜਿਹੜੇ ਬੀਬੀ ਭਾਨੀ ਜੀ ਨਾ, ਇਹਨਾਂ ਨੇ ਗੁਰੂ ਘਰ ਨਾਲ ਬਹੁਤ ਜੁੜ ਰਹੇ ਹੈ, ਇਹਨਾਂ ਨੂੰ ਗੁਰੂ ਮਹਿਲ ਕਿਹਾ, ਗੁਰੂ ਪਤਨੀਆਂ ਨੂੰ ਸਤਿਕਾਰ ਦੇਣ ਲਈ ਗੁਰੂ ਸਾਹਿਬਾਨ ਨੇ ਗੁਰੂ ਮਹਿਲ ਕਿਹਾ, ਔਰ ਇਹਨਾਂ ਨੇ ਗੁਰੂ ਘਰ ਦੇ ਲਈ ਬਹੁਤ ਕੰਟਰੀਬਿਊਟ ਕੀਤਾ ਬੀਬੀ ਭਾਨੀ ਜੀ ਨੇ। ਇਹ ਕਿੰਨਾ ਦੀ ਪੁੱਤਰੀ ਹੋਈ ਹੈ ਬੀਬੀ ਭਾਨੀ ਜੀ, ਗੁਰੂ ਅਮਰਦਾਸ ਜੀ, ਕੁਸ਼ਚਨ ਏਦਾਂ ਆਉਣਾ, ਬੀਬੀ ਭਾਨੀ ਜੀ ਕਿਸ ਦੀ ਸਪੁੱਤਰੀ ਹਨ, ਗੁਰੂ ਅਮਰਦਾਸ ਜੀ ਦੀ, ਗੁਰੂ ਅੰਗਦ ਦੇਵ ਜੀ ਦੀ, ਗੁਰੂ ਅਰਜਨ ਦੇਵ ਜੀ ਦੀ, ਕਿੰਨਾ ਦੀ, ਗੁਰੂ ਅਮਰਦਾਸ ਜੀ। ਨੈਕਸਟ, ਗੁਰੂ ਅਮਰਦਾਸ ਜੀ ਨੂੰ ਗੁਰਗੱਦੀ ਕਿੰਨੀ ਉਮਰ ਵਿੱਚ ਪ੍ਰਾਪਤ ਹੋਈ ਹੈ, ਕਿੰਨੇ ਕਿਹੜੇ ਸਾਲ ਵਿੱਚ, 1552 ਵਿੱਚ ਗੁਰਗੱਦੀ ਮਿਲੀ, ਕਿੰਨੇ ਦਿੱਤੀ ਸੀ, ਤੁਹਾਨੂੰ ਪਤਾ ਹੋਣਾ ਚਾਹੀਦਾ, ਗੁਰੂ ਅੰਗਦ ਦੇਵ ਜੀ, ਦੂਸਰੇ ਗੁਰੂ ਕੌਣ ਸਨ, ਗੁਰੂ ਅੰਗਦ ਦੇਵ ਜੀ, ਕਿੰਨੇ ਸਾਲ ਦੀ ਉਮਰ ਵਿੱਚ, 73 ਸਾਲ ਦੀ, ਦੇਖੋ ਉਮਰ ਕੀ ਹੈ, ਓਲਡ ਏਜ ਤੱਕ ਪਹੁੰਚ ਗਏ ਹੈ, 73 ਸਾਲ ਦੀ ਉਮਰ ਚ ਜਾ ਕੇ ਗੁਰਗੱਦੀ ਮਿਲੀ ਹੈ, ਕਿਉਂਕਿ ਗੁਰੂ ਅਮਰਦਾਸ ਜੀ ਬਹੁਤ ਵੱਡੀ ਉਮਰ ਦੇ ਹੋ ਕੇ ਜੋਤੀ ਜੋ ਸਮਾਏ ਹੈ। ਨੈਕਸਟ ਕੁਸ਼ਚਨ, ਉਹਨਾਂ ਦੀ ਪ੍ਰਸਿੱਧ ਰਚਨਾ, ਪ੍ਰਸਿੱਧ ਰਚਨਾ ਅਖਿਲੇਸ਼ ਦੀ, ਬੇਟੇ ਅੱਜ ਐਂਟਰੀ ਲੇਟ ਹੋਈ ਹੈ ਬੱਚੇ, ਪ੍ਰਸਿੱਧ ਰਚਨਾ ਨੋਟ ਕਰੋ, ਪ੍ਰਸਿੱਧ ਬਾਣੀ ਅਨੰਦ ਸਾਹਿਬ, ਅਨੰਦ ਸਾਹਿਬ, ਪ੍ਰਸਿੱਧ ਬਾਣੀ ਹੈ ਅਨੰਦ ਸਾਹਿਬ, ਅਨੰਦ ਸਾਹਿਬ ਪ੍ਰਸਿੱਧ ਬਾਣੀ। ਨੈਕਸਟ, ਅਨੰਦ ਸਾਹਿਬ ਦੀਆਂ ਕੁੱਲ ਕਿੰਨੀਆਂ ਪੌੜੀਆਂ ਹਨ, ਗੁਰੂ ਸਾਹਿਬ ਨੇ ਗੋਇੰਦਵਾਲ ਸਾਹਿਬ ਕਦੋਂ ਸਥਾਪਿਤ ਕੀਤਾ, 1552, ਗੋਇੰਦ ਸਾਹਿਬ ਨਗਰ, ਗੋਇੰਦਵਾਲ ਸਾਹਿਬ ਨਗਰੀ ਕਿਸਨੇ ਵਸਾਈ, ਗੁਰੂ ਅਮਰਦਾਸ ਜੀ ਨੇ, ਗੋਇੰਦਵਾਲ,
ਆਪਾਂ ਇੱਕ ਕੁਐਸਚਨ ਵਿੱਚੋਂ ਮਿਸ ਕਰ ਗਏ, ਜਨਮ ਸਥਾਨ ਕੀ ਹੈ? ਪਿੰਡ ਬਾਸਰ ਕੇ, ਜ਼ਿਲ੍ਹਾ ਅੰਮ੍ਰਿਤਸਰ ਵਿੱਚ ਜਨਮ ਹੋਇਆ ਸੀ। ਗੋਇੰਦਵਾਲ ਨਗਰ ਕਿਸਨੇ ਵਸਾਇਆ? ਗੁਰੂ ਅਮਰਦਾਸ ਜੀ ਦੀ ਨਗਰੀ 1552 ਵਿੱਚ। ਇੱਥੇ ਆਪਾਂ ਇੱਕ ਮਿਸ ਕਰ ਗਏ, ਜਨਮ ਸਥਾਨ ਕੀ ਸੀ ਇਹਨਾਂ ਦਾ? ਪਿੰਡ ਬਾਸਰ ਕੇ, ਜ਼ਿਲ੍ਹਾ ਅੰਮ੍ਰਿਤਸਰ। ਗੁਰੂ ਅਮਰਦਾਸ ਜੀ ਦਾ ਜਨਮ ਕਿੱਥੇ ਹੋਇਆ? ਨੋਟ ਕਰੋ ਬੇਟੇ ਇੱਕ ਕੁਐਸਚਨ। ਜਨਮ ਸਥਾਨ ਪਿੰਡ ਬਾਸਰ ਕੇ, ਜ਼ਿਲ੍ਹਾ ਅੰਮ੍ਰਿਤਸਰ। ਪਿੰਡ ਬਾਸਰ ਕੇ, ਜ਼ਿਲ੍ਹਾ ਅੰਮ੍ਰਿਤਸਰ ਵਿੱਚ ਜਨਮ ਹੋਇਆ। ਉਹਨਾਂ ਨੇ ਕਿਹੜੀ ਕਿਹੜੀ ਪ੍ਰਥਾ ਦਾ ਵਿਰੋਧ ਕੀਤਾ? ਜਾਤੀ ਪ੍ਰਥਾ, ਪਰਦਾ ਪ੍ਰਥਾ, ਸਤੀ ਪ੍ਰਥਾ। ਜਾਤੀ ਪ੍ਰਥਾ, ਸਤੀ ਪ੍ਰਥਾ ਤੇ ਪਰਦਾ ਪ੍ਰਥਾ। ਹੁਣ ਜੇ ਤਿੰਨੋਂ ਆਪਸ਼ਨ ਆਉਂਦੀਆਂ ਨੇ ਤਾਂ ਆਪਾਂ ਕੀ ਕਵਾਂਗੇ? ਉਪਰੋਕਤ ਸਾਰੇ ਹੀ। ਪਰਦੇ ਦੀ ਰਸਮ ਉਡਾ ਦਿੱਤੀ ਕਿ ਔਰਤਾਂ ਨੂੰ ਪਰਦਾ ਕਰਨਾ ਪੈਂਦਾ ਸੀ। ਸਤੀ ਪ੍ਰਥਾ ਦਾ ਮਹਾਵ ਕੀ ਹੈ? ਕਿ ਜਦੋਂ ਕਿਸੇ ਦਾ ਆਦਮੀ ਇਸ ਦੁਨੀਆਂ ਤੋਂ ਚਲੇ ਜਾਂਦਾ ਤਾਂ ਉਹਨੂੰ ਵੀ ਨਾਲ ਹੀ ਸਾੜ ਦਿੱਤਾ ਜਾਂਦਾ ਸੀ ਔਰਤ ਨੂੰ। ਇਹਦਾ ਵਿਰੋਧ ਕੀਤਾ ਕਿ ਇਹ ਸਤੀ ਪ੍ਰਥਾ ਖਤਮ ਕਰ ਦਿੱਤੀ। ਤੇ ਜਾਤੀ ਪ੍ਰਥਾ, ਕਿ ਜਾਤ ਦਾ ਭੇਦਭਾਵ ਨਹੀਂ ਹੋਣਾ ਚਾਹੀਦਾ ਊਚ ਨੀਚ ਦਾ, ਠੀਕ ਹੈ? ਜਾਤੀ ਪ੍ਰਥਾ, ਸਤੀ ਪ੍ਰਥਾ ਤੇ ਪਰਦਾ ਪ੍ਰਥਾ। ਪਰਦਾ ਘੁੰਡ ਕੱਢਣ ਦੀ ਮਨਾਹੀ ਕੀਤੀ, ਮੀਨਸ ਪਰਦਾ ਕਰਨ ਦੀ। ਨੈਕਸਟ, 40 ਪੌੜੀਆਂ ਹਨ ਅਨੰਦ ਸਾਹਿਬ ਉਹਨਾਂ ਦੀ ਪ੍ਰਸਿੱਧ ਬਾਣੀ, ਪ੍ਰਸਿੱਧ ਬਾਣੀ ਅਨੰਦ ਸਾਹਿਬ, ਜਿਸ ਦੀਆਂ ਕੁੱਲ 40 ਪੌੜੀਆਂ ਨੇ ਤੇ ਜਿਹਦੇ ਵਿੱਚ ਆਪਾਂ 6 ਪੌੜੀਆਂ ਦਾ ਰੋਜ਼ਾਨਾ ਪਾਠ ਕਰਦੇ ਹਾਂ। ਆਨੰਦ ਪਿਆਵੇ ਮਾਏ ਸਤਿਗੁਰ ਮੈਂ ਪਾਇਆ, 6 ਪੌੜੀਆਂ ਦਾ ਰੋਜ਼ਾਨਾ ਪਾਠ ਹੁੰਦਾ। ਉਹਦੀਆਂ ਕੁੱਲ ਕਿੰਨੀਆਂ ਪੌੜੀਆਂ? 40 ਪੌੜੀਆਂ ਹਨ। ਨੈਕਸਟ ਕੁਐਸਚਨ, ਹੋਰ ਪ੍ਰਮੁੱਖ ਬਾਣੀਆਂ ਕਿਹੜੀਆਂ ਨੇ? ਪ੍ਰਮੁੱਖ ਬਾਣੀਆਂ ਇੱਕ ਹੈ ਪੱਟੀ, ਇੱਕ ਗੁਰੂ ਅਮਰਦਾਸ ਜੀ ਦੀਆਂ ਵਾਰਾਂ। ਗੁਰੂ ਅਮਰਦਾਸ ਜੀ ਦੀਆਂ 4 ਵਾਰਾਂ ਨੇ ਤੇ ਇੱਕ ਹੈ ਪੱਟੀ ਲਿਖੀ ਹੋਈ ਆ ਉਹਨਾਂ ਨੇ, ਜਿਵੇਂ ਗੁਰੂ ਨਾਨਕ ਦੇਵ ਜੀ ਨੇ ਪੱਟੀ ਲਿਖੀ ਸੀ, ਉਹ ਵੀ ਇੱਕ ਰਚਨਾ ਹੈ। ਤੇ ਕੁੱਲ ਮਿਲਾ ਕੇ ਕਿੰਨੇ ਸ਼ਬਦ ਹੋਏ? ਇੱਥੇ ਸ਼ਬਦ ਹਨ 907 ਸ਼ਬਦਾਂ ਦੀ ਰਚਨਾ ਕੀਤੀ ਹੈ। ਉੱਥੇ 974 ਸੀ ਗੁਰੂ ਨਾਨਕ ਦੇਵ ਜੀ ਦੀ ਕੁੱਲ ਰਚਨਾਵਾਂ, ਉਹ ਕੁੱਲ ਰਚਨਾਵਾਂ ਸੀ 974, ਯਾਦ ਕਰੋ। ਹੁਣ ਆਪਸ਼ਨ ਇਹ ਵੀ ਆ ਸਕਦੀ ਵਿੱਚੇ 907। 907 ਕਿਹਦੇ ਸ਼ਬਦ ਨੇ? ਗੁਰੂ ਅਮਰਦਾਸ ਜੀ ਦੇ। ਗੁਰੂ ਅਮਰਦਾਸ ਜੀ ਦੇ ਕੁੱਲ ਸ਼ਬਦ 907 ਤੇ ਗੁਰੂ ਨਾਨਕ ਦੇਵ ਜੀ ਦੀਆਂ ਕੁੱਲ ਰਚਨਾਵਾਂ, ਇਹ ਸ਼ਬਦ ਨੇ, ਰਚਨਾਵਾਂ ਨੇ। ਇਹ ਪੱਟੀ 4 ਵਾਰਾਂ ਤੇ ਅਨੰਦ ਸਾਹਿਬ ਉਹਨਾਂ ਦੀਆਂ ਪ੍ਰਸਿੱਧ ਬਾਣੀਆਂ ਹਨ। ਨੈਕਸਟ, ਉਹਨਾਂ ਦੀ ਬਾਣੀ ਕਿੰਨੇ ਰਾਗਾਂ ਵਿੱਚ ਗੁਰੂ ਗ੍ਰੰਥ ਸਾਹਿਬ ਦਰਜ ਹੈ? 17 ਰਾਗਾਂ ਵਿੱਚ। ਕੁੱਲ ਕਿੰਨੇ ਰਾਗ ਨੇ? 31 ਰਾਗਾਂ ਦੇ ਵਿੱਚੋਂ। ਤੁਹਾਡੇ ਫਰੰਟ ਪੇਜ ਤੇ ਰਿਵਾਈਜ਼ ਕਰ ਲਿਓ ਇੱਕ ਵਾਰੀ, ਟੈਸਟ ਦੇਣ ਤੋਂ ਪਹਿਲਾਂ ਤੁਹਾਡੀ ਬੁੱਕ ਦੇ ਵਿੱਚ ਪਹਿਲੇ ਪੇਜ ਤੇ ਸਾਰਾ ਕੁਝ ਦਿੱਤਾ ਹੋਇਆ, ਉਹਨੂੰ ਰੀਡ ਕਰਨਾ। ਜੀਵਨ ਬਿਓਰਾ ਦਿੱਤਾ ਹੋਇਆ, ਜੀਵਨ ਬਿਓਰਾ ਮੀਨਸ ਗੁਰੂ ਸਾਹਿਬਾਨ ਦੇ ਬਾਰੇ ਸਾਰਾ ਜੀਵਨ, ਠੀਕ ਹੈ? ਸਮਝ ਆ ਗਈ? 31 ਰਾਗ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ, 31 ਰਾਗਾਂ ਵਿੱਚ ਦਰਜ ਹੈ, ਜਿਹਦੇ ਵਿੱਚੋਂ 17 ਰਾਗਾਂ ਵਿੱਚ ਬਾਣੀ ਗੁਰੂ ਅਮਰਦਾਸ ਜੀ ਨੇ ਰਚੀ, 17 ਰਾਗਾਂ ਵਿੱਚ। ਹੁਣ ਹੈ ਜੋਤੀ ਜੋਤ ਸਮਾਨ ਦਾ ਦਿਨ। ਗੁਰੂ ਨਾਨਕ ਦੇਵ ਜੀ ਦਾ ਜੋਤੀ ਜੋਤ ਸਮਾਨ ਦਾ ਸਮਾਂ ਕਿਹੜਾ ਸੀ? 22 ਸਤੰਬਰ 1539। ਇਹਨਾਂ ਦਾ ਕੀ ਹੈ? ਮੰਥ ਸੇਮ ਹੈ, 16 ਸਤੰਬਰ 1574। ਕਿੰਨੇ ਸਾਲਾਂ ਬਾਅਦ ਦੇਖ ਲਓ, ਕਿੰਨੇ ਸਾਲ ਉਹਨਾਂ ਨੇ ਭੋਗ ਕੇ ਜੋਤੀ ਜੋਤ ਸਮਾਇਆ? 1469 ਦੇ ਵਿੱਚ, 4 ਸਾਲ ਘੱਟ, 100 ਤੋਂ 4 ਸਾਲ ਘੱਟ, ਠੀਕ ਹੈ? 4 ਸਾਲ ਵੱਧ, ਸੋਰੀ 1469 ਸੋਰੀ ਤੇ 1574, 95 ਈਅਰਸ ਇਹ ਹੋ ਕੇ 16 ਸਤੰਬਰ 1574 ਨੂੰ ਗੋਇੰਦਵਾਲ ਸਾਹਿਬ ਵਿਖੇ ਜਿਹੜਾ ਨਗਰ ਵਸਾਇਆ ਨਾ, ਉੱਥੇ ਜੋਤੀ ਜੋਤ ਸਮਾਏ। ਜਿਹੜਾ ਨਗਰ ਵਸਾਇਆ, ਹੁਣ ਆਪਾਂ ਇੱਕ ਵਾਰੀ ਰਿਪੀਟ ਕਰ ਦਈਏ, ਸਾਰੇ ਕੁਐਸਚਨ ਤੁਹਾਨੂੰ ਰਿਵਾਈਜ਼ ਹੋ ਜਾਣਗੇ।
गुरु नानक देव जी रिलेटेड मैं लगता तकरीबन तुम सारे क्वेश्चन आते हैं। गुरु अमरदास जी वाले मैं सारे रिवाइज करा देनी हूँ। सिखा दे तीसरे गुरु जन्म होया बेटे 1479 पिंड बासरके जिला अमृतसर। पिता का नाम तेजपान, माता का नाम लखो, पत्नी मनसा देवी, पुत्र श्री मोहन जी ते मोरी जी, दो पुत्रियां बीबी दानी जी ते बीबी भानी जी। इन्ना क्लीयर हो गया परिवार के बारे। हुण आपां गल करिए उन्होंने गुरगद्दी 1552 ईस्वी 16 अप्रैल भी है लिख लो 16 अप्रैल 16 सितंबर नूं ज्योति जो समाया 16 अप्रैल 16 वर्ड याद रखना 1552 नूं 73 साल की उम्र में उन्होंने गुरगद्दी मिली है 73। उन्होंने जाति प्रथा सती प्रथा ते पर्दा प्रथा का विरोध किया। 1552 ईस्वी में उन्होंने केड़ा नगर वसाया गोइंदवाल। केड़े दरिया के कंडे ब्यास दरिया के कंडे ये भी नोट कर लो ब्यास दरिया के कंडे गोइंदवाल नगर वसाया किसने गुरु अमरदास जी ने। ठीक है गुरु अमरदास जी की सपुत्री बीबी भानी जी का विआह उन्होंने किसना किया गुरु रामदास जी ना जो कि पहला भाई जेठा जी हुए ने। नैक्सट उन्होंने प्रमुख बाणी आनंद साहिब जिस दियां 40 पौड़ियां हैं इस तो इलावा पट्टी ते 4 वारां। ठीक है नैक्सट कुल शब्द किन्ने ने 907। कुल किन्ने रागों विच बाणी दर्ज की 17 रागों 31 रागों विचों 17 रागों। ज्योति जोत कित्थे समाए गोइंदवाल साहिब विखे 16 सितंबर 1574। डन जेडे हुण रचनावां नाल रिलेटेड क्वेश्चन ने एक बार ध्यान नाल सुन लो। समासी शब्द सोच समझ के कर लेने हैं। एक सुमेल ही आ सकता है नाम प्लस नाम तो तुहानूं क्लीयर हो जाएगा। हाँ जी बेटे सिद्ध गोष्ट सिद्धा नाल गोष्ट जेडे सिद्ध गोष्ठी उन्होंने चर्चा की कि केड़े कर्मकांड नहीं करने चाहिए। सिद्ध गोष्ठ सिद्ध नाम है गोष्ठ गलबात है ये नाम प्लस विशेषण होएगा जा जिदा बिल्कुल क्लीयर नहीं है वह आएगा भी नहीं। गोष्ठ बंद गलबात गलबात करना तो क्रिया भी हो सकती बोलना। ठीक है क्रिया नाल भी आ सकता इदा का नहीं आएगा जिते बिल्कुल क्लीयर है ना नाम प्लस नाम जिमें वाकंशा वाले तो बहुत घट आते हैं। हाँ बहुत सारे बंदे भी है पर कई बार जड़े ने उन्हों का क्लीयर भी नहीं होंगे क्योंकि कोई शब्द आप गलबात करे तो क्रिया च ही आता है कोई कसूर नहीं है ये तो क्लियर है। विशेषण की होंगे जेडे किसी विशेषता होए उन्हों विशेषण कहते ने जिवें वड्डे वड्डे चंगे चंगे मंदे। ठीक है उच्चा नीवा ये सारे की ने विशेषण प्लस विशेषण। ठीक है उच्चा नीवा राह देख के चलो राह नाम है तमीज उहदे नाल विशेषता आ गई। ते जिहड़े क्रिया विशेषण होंगे ने जिवें हौली हौली अंदर बाहर तेज तेज अपने आप क्लीयर हो जाना तुहानू। ठीक है घड़ी मुड़ी यस खरी खोटी का विशेषण है खरा दा खोटा विरोधी अर्थ रखता विशेषण है यह खरी चीज है खोटी चीज है किसे नाम ना लाएगा खरी खोटी चीज परख के लो। ठीक है जिवें चंगा बुरा देख के ही गलबात करो ये सारे विशेषण ने समझ आ गई। विशेषण वो होंगे जेडे नाम नू विशेषता दे। नैक्सट वन इज हुण क्वेश्चन देखो एक बार सारे क्वेश्चन बेटे सो क्यों मंदा आखे केड़ी बाणी चो ले गई है आसा दी वार चो। नैक्सट क्वेश्चन मनुख नू कौन अपनी कुख विचो पैदा करता है ते पालदा है इस्त्री। राजा महाराजा दी जननी इस्त्री। गुरु नानक देव जी ने किसी सिफ सलाह करन दी प्रेरणा दित्ती परमात्मा दी किसी सिफत नाल रब दी दरगाह विच कदर पैंदी है परमात्मा दी किसी होंद स्त्री तो बिना स्वीकारी गई है परमात्मा दी। ठीक है
ਇਹ ਸੈਕਿੰਡ ਪੈਰੇ ਚ ਹੈ। ਹੁਣ ਫਸਟ ਪੈਰਾ ਮੈਂ ਇੱਕ ਵਾਰੀ ਬੋਲ ਦਿੰਦੀ ਹਾਂ। ਭੰਡ ਸ਼ਬਦ ਕਿਸ ਲਈ ਵਰਤਿਆ ਗਿਆ ਹੈ? ਭੰਡ ਸ਼ਬਦ ਕਿਸ ਲਈ ਵਰਤਿਆ ਗਿਆ? ਇਸਤਰੀ ਲਈ। ਗੁਰਬਾਣੀ ਵਿੱਚ ਭੰਡ ਸ਼ਬਦ ਕਿਸ ਲਈ ਵਰਤਿਆ? ਇਸਤਰੀ ਲਈ। ਜਦੋਂ ਕਿਸੇ ਦੀ ਇਸਤਰੀ ਮਰ ਜਾਂਦੀ ਹੈ ਤਾਂ ਇਨਸਾਨ ਕਿਸ ਦੀ ਭਾਲ ਕਰਦਾ ਹੈ? ਦੂਸਰੀ। ਬੰਧਾਨ ਸ਼ਬਦ ਦਾ ਕੀ ਅਰਥ ਹੈ? ਹੁਣ ਮੀਨਿੰਗ ਸਮਝੋ। ਭੰਡ ਹੋਵੇ ਬੰਧਾਨ, ਬੰਧਾਨ ਦਾ ਕੀ ਅਰਥ ਹੈ? ਰਿਸ਼ਤੇਦਾਰ, ਸਕੇ ਸੰਬੰਧੀ, ਸਾਰੇ ਸਕੇ ਸੰਬੰਧੀ ਰਿਸ਼ਤੇਦਾਰ ਇਸਤਰੀ ਨਾਲ ਹੀ ਨਿਭਦੇ ਨੇ। ਠੀਕ ਹੈ, ਇਹ ਲਾਈਨ ਹੈ ਨਾ, ਭੰਡ ਜੰਮੀਏ ਭੰਡ ਨਿੰਮੀਏ ਭੰਡ ਮੰਗਣ ਵਿਆਹ। ਮੰਗਣ ਦਾ ਕੀ ਮਤਲਬ ਹੈ? ਕੁੜਮਾਈ, ਕੁੜਮਾਈ ਹੁੰਦੀ ਹੈ, ਰਿਸ਼ਤਾ ਤੈਅ ਹੁੰਦਾ ਹੈ ਤੇ ਵਿਆਹ ਵੀ ਇਸਤਰੀ ਨਾਲ ਹੁੰਦਾ ਹੈ। ਬਸ ਇੱਕ ਸ਼ਬਦ ਯੂਜ਼ ਕਰਨਾ ਹੈ, ਇੱਕ ਸ਼ਬਦ ਵਰਤਣਾ ਹੈ, ਭੰਡ। ਭੰਡ ਸ਼ਬਦ ਇਸਤਰੀ ਲਈ ਕਿ ਕਦੀ ਬੁਰਾਈ ਨਾ ਕਰੋ। ਇਸਤਰੀ ਮਹਾਨਤਾ, ਇਸ ਦੁਨੀਆਂ 'ਚ ਇਸਤਰੀ ਦੀ ਮਹਾਨਤਾ ਬਿਨਾਂ ਕੋਈ ਮਹਾਨਤਾ ਨਹੀਂ, ਕਿਉਂਕਿ ਜੇ ਇਸਤਰੀ ਨਾ ਹੋਏਗੀ, ਇਸਤਰੀ ਨਹੀਂ ਹੋਏਗੀ ਤਾਂ ਸੰਸਾਰ ਦਾ ਵਿਕਾਸ ਰੁਕ ਜਾਏਗਾ। ਭੰਡ ਦਾ ਅਰਥ ਇਸਤਰੀ ਗੁਰਬਾਣੀ ਵਿੱਚ ਲਿਆ। ਠੀਕ ਹੈ ਬੇਟੇ, ਹੁਣ ਇਹਦੇ ਅਕੋਰਡਿੰਗ ਤੁਸੀਂ ਕੁਸ਼ਚਨ ਆਨਸਰ ਪ੍ਰਿਪੇਅਰ ਕਰਕੇ ਟੈਸਟ ਦੇਣਾ ਅੱਜ ਦਾ। ਥੈਂਕ ਯੂ ਸੋ ਮਚ ਬੇਟੇ।